ਲਹਿਰਾ ਕਾਕਾ ਤੇ ਮੁਣਕ ਪਹੁੰਚੇ ਸਾਬਕਾ ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਬਦਤਰ ਹੋ ਚੁੱਕੀ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪਰ ਹੈਰਾਨੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੋਸ਼ਲ ਮੀਡੀਆ ਤੇ ਇਸ਼ਤਿਹਾਰਬਾਜ਼ੀ ਦੀ ਸਰਕਾਰ ਬਣ ਕੇ ਰਹਿ ਚੁੱਕੀ ਹੈ। ਪੰਜਾਬ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਸਿੱਖ ਨੌਜਵਾਨਾਂ ਤੇ NSS ਲਾਉਣ ਦੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਬੰਦੀ ਸਿੰਘਾਂ ਦੇ ਰਿਹਾਈ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਮਾਮਲੇ ਵਿੱਚ ਸਫਲ ਨਹੀਂ ਹੋ ਸਕੇ ਜਦੋਂ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ। अजीत पंजाबी दी ऑथेंटिक खबरां दे लई सब्सक्राइब करो अजीत वैब टीवी अते ताजी खबरां दी नोटिफिकेशन पाउण दे लई बैल आइकन ते क्लिक करो। ਆਪਣੇ ਜਿਵੇਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਰੌਲਾ ਪਿਆ, ਹੁਣ ਉਹਨਾਂ ਦੇ ਭਗੌੜੇ ਦਾ ਰੌਲਾ ਪਿਆ, ਮੌਜੂਦਾ ਹਾਲਾਤ ਕਿਵੇਂ ਦੇਖਦੇ ਹੋ? ਦੇਖੋ, ਹਾਲਾਤ ਤਾਂ ਪੰਜਾਬ ਦੇ ਬਹੁਤ ਮਾੜੇ ਨੇ। ਮੈਂ ਬੋਲਦੇ ਨੇ ਵੀ ਕਿਹਾ ਜਿੰਨੇ ਪੰਜਾਬ ਦੇ ਹੁਣ ਹਾਲਾਤ ਮਾੜੇ ਨੇ ਪਹਿਲਾਂ ਕਦੇ ਵੀ ਨਹੀਂ ਹੋਏ। ਇਸ ਕਰਕੇ ਬਹੁਤ ਬੁਰੀ ਤਰ੍ਹਾਂ ਪੰਜਾਬ ਦੇ ਲੋਕ ਫਸੇ ਨੇ, ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਕੁਛ ਵੀ ਸਾਹਮਣੇ। ਔਰ ਉਹਨਾਂ ਨੇ ਭਗਵੰਤ ਮਾਨ ਨੂੰ, ਭਗਵੰਤ ਸਿੰਘ ਮਾਨ ਨੂੰ ਦੱਸ ਦਿੱਤਾ ਸੀ ਉਹਦੀ ਪਾਰਲੀਮੈਂਟਰੀ ਹਲਕੇ 'ਚ ਕਿ ਲੋਕ ਤੇਰੇ ਖਿਲਾਫ ਨੇ, ਲੋਕ ਨਹੀਂ ਚਾਹੁੰਦੇ ਕਿ ਤੂੰ ਸਿਰਫ ਟੀਵੀਆਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਸਿਰਫ ਆਪਦਾ ਪ੍ਰਚਾਰ ਕਰੀ ਜਾਵੇਂ ਅਤੇ ਅਖਬਾਰਾਂ 'ਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਲੋਕਾਂ 'ਚ ਕਰੀ ਜਾਵੇ। ਇਹ ਨਹੀਂ ਚੱਲਣੀ, ਲੋਕਾਂ ਨੂੰ ਐਕਚੁਅਲੀ ਕੀ ਚਾਹੀਦਾ ਉਹ ਦੱਸਣਾ ਚਾਹੀਦਾ ਨਾ। ਅੰਮ੍ਰਿਤਪਾਲ ਨੇ ਕਿਹਾ ਜੀ ਵੀ ਜਿਹੜਾ ਆਨੰਦਪੁਰ ਸਾਹਿਬ ਵਿਖੇ ਸਿੱਖ ਇਕੱਠੇ ਹੋਣ, ਜਥੇਬੰਦੀਆਂ ਇਕੱਠੇ ਹੋਣ ਅਤੇ ਜਿਹੜਾ ਖਾਲਸਾ ਦਿਵਸ ਮਨਾਉਣਾ ਅਤੇ ਜਿਹੜਾ ਕਿ ਪੰਜਾਬ ਦੇ ਹਾਲਾਤਾਂ ਨੂੰ ਠੀਕ ਕੀਤਾ ਜਾ ਸਕੇ, ਪੰਥੋਂ ਵੀ ਜਾ ਸਕਦੇ, ਕਿਵੇਂ ਦੇਖਦੇ ਤੁਸੀਂ ਅੰਮ੍ਰਿਤਪਾਲ ਦੇ? ਨਹੀਂ ਦੇਖੋ, ਮੇਰੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਨੇ ਜਿੰਨੀ ਚੰਗੀਆਂ ਗੱਲਾਂ ਕੀਤੀਆਂ ਉਹਦੇ ਲਈ ਅਸੀਂ ਉਹਨੂੰ ਵੈਲਕਮ ਵੀ ਕੀਤਾ। ਉਹਨੇ ਅੰਮ੍ਰਿਤ ਛਕਾਉਣ ਦਾ ਕੰਮ ਸ਼ੁਰੂ ਕੀਤਾ, ਅਸੀਂ ਵੈਲਕਮ ਕੀਤਾ। ਉਹਨਾਂ ਨੇ ਜਾਓ ਉੱਤੇ ਕਿਹੜੀ ਜਗ੍ਹਾ ਲੈ ਕੇ ਗਏ ਥਾਣੇ 'ਚ ਗੁਰੂ ਗ੍ਰੰਥ ਸਾਹਿਬ ਦੀ, ਅਸੀਂ ਸਾਰਿਆਂ ਨੇ ਸਿੱਖ ਲੀਡਰਸ਼ਿਪ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ। ਅਸੀਂ ਇਹ ਕਹਿੰਦੇ ਹਾਂ ਵੀ ਜਿਹੜੇ ਉਹਨਾਂ ਨੇ ਅੰਮ੍ਰਿਤ ਛਕ ਲਿਆ ਜਾਂ ਊਂ ਜਜ਼ਬਾਤੀ ਤੌਰ 'ਤੇ ਉਹਨਾਂ ਨਾਲ ਲੱਗੇ, ਉਹਨਾਂ ਨੂੰ ਨਾ ਪੜ੍ਹੋ, ਉਹਨਾਂ ਨੂੰ ਛੱਡੋ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਕੋਈ ਕੀ ਕਸੂਰ ਹੈ ਜਿਹੜੇ ਨੌਜਵਾਨ ਨੂੰ ਫੜ ਕੇ ਉਹਨਾਂ ਨੂੰ ਕੀਤਾ ਹੋਵੇ? ਨਹੀਂ, ਅਜੇ ਤਾਂ ਅਸੀਂ ਪਾਰਟੀ ਮੀਟਿੰਗ 2-4 ਦਿਨ 'ਚ ਬੁਲਾਵਾਂਗੇ, ਪਾਰਟੀ ਫੈਸਲਾ ਕਰਦੀ ਹੁੰਦੀ ਹੈ, ਮੈਂ ਕੋਈ ਆਪ ਫੈਸਲਾ ਨਹੀਂ ਕਰਦਾ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅੰਮ੍ਰਿਤਪਾਲ ਸਿਲੰਡਰ ਕਰਦੇ, ਕਿਵੇਂ ਦੇਖਦੇ ਹੋ ਜੀ ਤੁਸੀਂ? ਦੇਖੋ, ਮੈਂ ਆਪ ਸਮਝਦਾ ਵੀ ਉਹਨਾਂ ਨੂੰ ਕਰ ਦੇਣਾ ਚਾਹੀਦਾ ਅਸੀਂ ਸਿਲੰਡਰ। ਭਾਜਪਾ ਨਾਲ ਗੱਠਜੋੜ ਹੋਇਆ ਸੀ, ਢੀਂਡਸਾ ਸਾਹਿਬ ਤੋਂ ਇਹੀ ਗੱਲ ਉਠਾਈ ਗਈ ਸੀ ਤੁਹਾਡੇ ਵੱਲੋਂ ਵੀ ਸਿੱਖਾਂ ਦੇ ਬਹੁਤ ਸਾਰੇ ਮਸਲੇ ਹੱਲ ਹੋਣਗੇ, ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਨਹੀਂ ਹੋਇਆ, ਨਹੀਂ ਹੋਇਆ, ਧਰਨਾ ਚੱਲ ਰਿਹਾ ਲੰਮੇ ਸਮੇਂ ਤੋਂ, ਕੀ? ਨਹੀਂ, ਮੈਂ ਆਪ ਕਿਹਾ ਜੀ ਮੈਂ ਫੇਲ ਹੋ ਗਿਆ ਉਹਦੇ 'ਚ, ਮੈਂ ਨਹੀਂ ਕਰਾ ਸਕਿਆ। ਮੈਂ, ਮੈਨੂੰ ਇਹ ਉਮੀਦ ਸੀ, ਮੇਰੇ ਨਾਲ ਵਾਅਦਾ ਵੀ ਸੀ ਕਿ ਅਸੀਂ ਕੁਛ ਸਿੰਘ ਛੱਡਾਂਗੇ ਵੀ, ਕੁਛ ਪੰਜਾਬ ਦੀਆਂ ਮੰਗਾਂ ਵੀ ਮੰਨਾਂਗੇ।